सलाम वालेकुम दोस्तों। तो किवें जो सारे वीर, उम्मीद करदा वा सारे भरा मेरे ठीक होणगे। अज आपां व्लॉगिंग दी दुनिया तो थोड़े जिहे होए आ साइड दे उत्ते। अपना अज दा मकसद इह वा कि आपां जिहड़ा अब्बू जी होरां ने तुहानूं पिछे एक व्लॉग दे विच क्वेश्चन कीता सी, अज आपां उहदा तुहानूं देणा वा जवाब। इहदी सिर्फ एक ही रीज़न वा कि यार एक ना मेरी कल बहुत ज़्यादा तबीयत खराब सी, जिहदी वजह तों मैं बाहर नहीं निकल सकिया, व्लॉग नहीं शूट कर सकिया ते अपने वीरां तक नहीं पहुँचा सकिया। इहदी वजह तों अज जिहड़ा ना मैं सोचिया भी अपने वीरां नूं उस क्वेश्चन दा जवाब दे देना वा। ਉਹਦਾ ਜਿਹੜਾ ਜਵਾਬ ਵਾ ਉਹਦੇ ਵਾਸਤੇ ਮੈਨੂੰ ਕਾਫੀ ਜ਼ਿਆਦਾ ਕਮੈਂਟਸ ਵੀ ਆਏ ਸਨ ਕਿ ਯਾਰ ਉਹਦਾ ਜਿਹੜਾ ਜਵਾਬ 'ਚ ਦਵੋ ਤੁਸੀਂ ਕੁਐਸਚਨ ਕਰ ਲਿਆ ਵਾ ਅਤੇ ਮੈਨੂੰ ਸਾਨੂੰ ਲੱਗਦਾ ਵਾ। ਕੁਛ ਲੋਕ ਤਾਂ ਕਹਿਣ ਲੱਗ ਪਏ ਸਨ ਕਿ ਉਸ ਕੁਐਸਚਨ ਦਾ ਜਵਾਬ ਤੁਹਾਨੂੰ ਆਪ ਨੂੰ ਵੀ ਨਹੀਂ ਆਉਂਦਾ, ਅੰਕਲ ਜੀ ਹੋਰਾਂ ਨੂੰ ਉਹਦਾ ਜਵਾਬ ਨਹੀਂ ਪਤਾ। ਮੈਂ ਅੱਜ ਸਵੇਰ 1.5 ਘੰਟਾ ਲਾ ਕੇ ਉਹਨਾਂ ਕੋਲੋਂ ਜਵਾਬ ਪੁੱਛਿਆ ਵਾ ਅਤੇ ਮੈਂ ਉਹ ਆਖਿਆ ਵੀ ਜਵਾਬ ਜਿਹੜਾ ਨਾ ਤੁਹਾਡੇ ਨਾਲ ਵੀ ਸ਼ੇਅਰ ਕਰ ਦਿੱਤਾ ਜਾਵੇ ਤਾਂ ਕਿ ਜਿਹੜਾ ਤੁਹਾਡੇ ਦਿਲ ਦੇ ਵਿੱਚੋਂ ਇਹ ਤਾਂ ਨਿਕਲ ਜਾਵੇ ਵੀ ਯਾਰ ਜਵਾਬ ਇਹਨਾਂ ਨੂੰ ਵੀ ਨਹੀਂ ਆਉਂਦਾ ਹੈ। ਖੈਰ ਜੀ, ਚੈਨਲ ਨਵੇਂ ਲੋਕ ਜਿਹੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਬੈਲ ਆਈਕਨ ਦੱਬ ਲਵੋ, ਤੁਹਾਡੀ ਮਿਹਰਬਾਨੀ ਹੋਏਗੀ। ਆਪਾਂ ਅੱਜ ਦੇ ਵਲੋਗ ਨਾ ਆਉਣ ਦੀ ਵਜ੍ਹਾ ਤੋਂ ਮਾਜ਼ਰਤ ਵੀ ਕਰਦੇ ਹਾਂ, ਲੇਕਿਨ ਮੈਂ ਇਹ ਵੀਡੀਓ ਫਿਰ ਵੀ ਬਣਾ ਰਿਹਾ ਵਾਂ ਕਿ ਯਾਰ ਮਿਸ ਨਾ ਹੋਵੇ ਦੇਣਾ, ਲੇਕਿਨ ਵੀਡੀਓ ਲਾਜ਼ਮੀ ਹੋਣੀ ਚਾਹੀਦੀ ਆ। ਵਲੋਗ ਨਹੀਂ ਹੈ ਇਹ ਮੈਨੂੰ ਵੀ ਪਤਾ ਵਾ, ਮੈਂ ਇਸ ਵਜ੍ਹਾ ਤੋਂ ਮਾਜ਼ਰਤ ਵੀ ਕਰਦਾ ਵਾਂ ਇਸ ਚੀਜ਼ ਦੀ ਕਿ ਅੱਜ ਵਲੋਗ ਨਹੀਂ ਸ਼ੂਟ ਕਰ ਸਕਿਆ। ਯਾਰ ਮੇਰੀ ਥੋੜ੍ਹੀ ਜਿਹੀ ਤਬੀਅਤ ਨਾਸਾਜ਼ ਸੀ, ਲੇਕਿਨ ਅਲਹਮਦੁਲਿਲਾ ਹੁਣ ਨਾ ਠੀਕ ਆ ਅਤੇ ਬਾਕੀ ਜਿਹੜਾ ਨਾ ਵੀਰ ਸਾਰੇ ਦੁਆ ਕਰਿਆ ਜੇ। ਖੈਰ ਆਪਾਂ ਆਪਣੇ ਟੋਪਿਕ ਦੀ ਤਰਫ ਵਾਪਸ ਆਉਂਦੇ ਹਾਂ ਅਤੇ ਆਪਾਂ ਅੱਜ ਤੁਹਾਨੂੰ ਉਸ ਕੁਐਸਚਨ ਦਾ ਦਿੰਦੇ ਹਾਂ ਜਵਾਬ। ਪਹਿਲੇ ਤੁਹਾਨੂੰ ਮੈਂ ਕੁਐਸਚਨ ਦੱਸ ਦਿੰਦਾ ਵਾਂ, ਅਗੇਨ ਰਿਪੀਟ ਕਰ ਦਿੰਦਾ ਵਾਂ ਕਿ ਕੁਐਸਚਨ ਕੀ ਸੀ। ਇਹ ਮੇਰੇ ਸਾਹਮਣੇ ਲਿਖਿਆ ਹੋਇਆ ਵਾ, ਜਿਵੇਂ ਕਿ ਤੁਸੀਂ ਵੇਖ ਸਕਦੇ ਜੋ ਇਹ ਏ ਇੱਕ ਕੋਈ ਵੀ ਸਬਜੈਕਟ ਲਾ ਲਓ, ਏ ਵਾ ਇਹਦਾ 100 ਕਿਲੋ ਵਜ਼ਨ ਵਾ, ਬੀ ਵਾ ਇਹਦਾ 80 ਕਿਲੋ ਵਾ, ਸੀ ਸਬਜੈਕਟ ਵਾ ਉਹਦਾ 60 ਕਿਲੋ ਵਜ਼ਨ ਵਾ, ਡੀ ਸਬਜੈਕਟ ਉਹਦਾ 40 ਕਿਲੋ ਵਜ਼ਨ ਵਾ ਅਤੇ ਈ ਸਬਜੈਕਟ ਜਿਹੜਾ ਵਾ ਉਹਦਾ 20 ਕਿਲੋ ਵਜ਼ਨ ਵਾ। ਆਹ ਇੱਕ ਕਿਸ਼ਤੀ ਵਾ ਅਤੇ ਆਹ ਨਹਿਰ ਗੁਜ਼ਰ ਰਹੀ ਆ, ਇਹਦੇ ਆਹ ਜਿਹੜੇ ਸਾਰੇ ਸਬਜੈਕਟ ਨੇ ਇਹ ਦੂਸਰੀ ਤਰਫ ਲੈ ਕੇ ਜਾਣੇ ਨੇ। ਇੱਥੋਂ ਤੀਕਰ ਤਾਂ ਹਰ ਚੀਜ਼ ਸਿੰਪਲ ਸੀ, ਇਹ ਮੈਂ ਵੀ ਕਰ ਲਵਾਂਗਾ ਤੁਸੀਂ ਵੀ ਕਰ ਲਓਗੇ। ਉਸ ਤੋਂ ਅੱਗੇ ਟਵਿਸਟ ਇਹ ਸ਼ੁਰੂ ਹੁੰਦਾ ਸੀ ਕਿ ਕਿਸ਼ਤੀ ਦੇ ਵਿੱਚ ਜਿਹੜਾ ਨਾ ਸਿਰਫ ਔਰ ਸਿਰਫ 100 ਕਿਲੋ ਵਜ਼ਨ ਹੀ ਲੋਡ ਹੋ ਸਕਦਾ ਵਾ, ਨਾ 100 ਕਿਲੋ ਤੋਂ ਜ਼ਿਆਦਾ ਹੋ ਸਕਦਾ ਵਾ ਲੋਡ ਅਤੇ ਨਾ ਹੀ 100 ਕਿਲੋ ਤੋਂ ਕਮ ਹੋ ਸਕਦਾ ਵਾ, ਕਿ ਮਤਲਬ 100 ਕਿਲੋ ਹੀ ਬਸ ਹੋਣਾ ਵਾ ਫਿਕਸ ਵਾ ਵਜ਼ਨ। ਅਤੇ ਉਹਦਾ ਉਸ ਤੋਂ ਬਾਅਦ ਜੀ ਇਹਦਾ ਸਲਿਊਸ਼ਨ ਆਲਮੋਸਟ ਤਕਰੀਬਨ ਕਿਸੇ ਨੇ ਵੀ ਨਹੀਂ ਸੀ ਦਿੱਤਾ, ਤੁੱਕੇ ਛੁੱਕੇ ਤਾਂ ਯਾਰ ਬੰਦਾ ਫਿਰ ਲਾਉਂਦਾ ਹੀ ਆ। ਅਤੇ ਅੱਜ ਆਪਾਂ ਤੁਹਾਨੂੰ ਨਾ ਇਹਦਾ ਜਵਾਬ ਦਿੰਦੇ ਹਾਂ ਕਿ ਇਹਦਾ ਜਵਾਬ ਜਿਹੜਾ ਵਾ ਰੀਅਲ ਦੇ ਵਿੱਚ ਮੈਂ ਜਿਹੜਾ ਅੱਬੂ ਕੋਲੋਂ ਸਮਝਿਆ ਵਾ ਉਹ ਕੀ ਵਾ। ਅੱਬੂ ਹੋਰਾਂ ਨੂੰ ਥੋੜ੍ਹਾ ਜਿਹਾ ਕੰਮ ਸੀ ਅਤੇ ਉਹ ਚਲੇ ਗਏ ਨੇ ਬਾਹਰ, ਜਿਹਦੀ ਵਜ੍ਹਾ ਤੋਂ ਉਹ ਕੈਮਰੇ ਦੇ ਸਾਹਮਣੇ ਨਹੀਂ ਪੇਸ਼ ਹੋਏ ਹੋ ਸਕੇ। ਅਤੇ ਆਪਾਂ ਹੁਣ ਇਹਦਾ ਅੱਜ ਤੁਹਾਨੂੰ ਦਿੰਦੇ ਹਾਂ ਜਵਾਬ ਜੀ। ਸਭ ਤੋਂ ਪਹਿਲੇ ਜੀ ਆਪਾਂ ਕੀ ਕਰਨਾ ਵਾ ਕਿ ਆਪਾਂ ਦੋ ਦੋ ਜਿਹੜਾ ਨਾ ਕਰਕੇ ਲੈ ਕੇ ਜਾਣੇ ਆ। ਹਾਂਜੀ, ਤਾਂ ਮਿੱਤਰੋ ਸਭ ਤੋਂ ਪਹਿਲੇ ਆਪਾਂ ਐਵੇਂ ਕਰਾਂਗੇ ਵੀ ਆਪਾਂ 40 ਕਿਲੋ ਅਤੇ 60 ਕਿਲੋ ਵਾਲਾ ਇੱਧਰ ਲੈ ਆਵਾਂਗੇ ਦੂਸਰੀ ਤਰਫ। ਇਹ 100 ਕਿਲੋ ਹੀ ਹੋ ਗਿਆ, ਆਪਾਂ ਇੱਧਰ ਆ ਕੇ ਇੱਥੇ ਲਿਖ ਲੈਂਦੇ ਹਾਂ ਨਾਲ ਦੀ ਨਾਲ ਵੀ ਆਪਾਂ ਜਿਹੜਾ ਨਾ 40 ਕਿਲੋ 60 ਕਿਲੋ ਇੱਥੇ ਰੱਖ ਲਿਆ ਅਤੇ ਜਿਹੜਾ 40 ਕਿਲੋ ਵਾ ਉਹ ਕਿਸ਼ਤੀ 'ਤੇ ਬਹਿ ਕੇ ਮਤਲਬ ਕਿਸ਼ਤੀ ਉਹਨੂੰ ਕਿਸ਼ਤੀ ਵਾਪਸ ਵੀ ਤਾਂ ਲੈ ਕੇ ਜਾਣੀ ਹੈ ਨਾ, ਉਹ 40 ਕਿਲੋ ਵਾਲਾ ਕਿਸ਼ਤੀ ਵਾਪਸ ਲੈ ਗਿਆ। ਅੱਛਾ, ਇੱਧਰ 60 ਕਿਲੋ ਹੋ ਗਿਆ, ਉਧਰ ਚਲਾ ਗਿਆ 40 ਕਿਲੋ ਵਾਲਾ, ਫਿਰ ਉਸ ਤੋਂ ਬਾਅਦ ਜੀ 80 ਕਿਲੋ ਅਤੇ 20 ਕਿਲੋ ਵਾਲਾ ਉਧਰੋਂ ਇੱਧਰ ਆ ਗਿਆ, 80 ਅਤੇ 20 100। ਅੱਛਾ ਜੀ, ਫਿਰ ਇੱਧਰ ਆ ਗਿਆ, ਇੱਧਰ ਆਣ ਕੇ 80 ਕਿਲੋ ਵਾਲਾ ਇੱਧਰ ਹੀ ਰਹਿ ਗਿਆ ਅਤੇ 20 ਕਿਲੋ ਵਾਲਾ ਜਿਹੜਾ ਨਾ ਉਹ ਕਿਸ਼ਤੀ ਵਾਪਸ ਲੈ ਗਿਆ। ਸਹੀ ਹੋ ਗਿਆ, ਕਿਸ਼ਤੀ ਇੱਧਰ ਚਲੀ ਗਈ। ਹੁਣ ਇੱਧਰ ਜਿਹੜਾ ਵਾ ਉਹਨੇ 20 ਕਿਲੋ 40 ਕਿਲੋ ਅਤੇ 100 ਕਿਲੋ, ਸਹੀ ਆ। ਹੁਣ 100 ਕਿਲੋ ਵਾਲਾ ਇੱਧਰ ਆ ਗਿਆ, 100 ਕਿਲੋ ਵਾਲਾ ਇੱਧਰ ਆ ਗਿਆ ਅਤੇ ਇੱਧਰੋਂ ਜਿਹੜਾ ਨਾ 80 ਕਿਲੋ ਵਾਲਾ ਉਹ ਕਿਸ਼ਤੀ ਲੈ ਕੇ ਵਾਪਸ ਚਲਾ ਗਿਆ। ਇੱਧਰੋਂ 80 ਕੱਟ ਦਿੰਦੇ ਆਪਾਂ, ਇਹ ਵੇਖੋ 80 ਕੱਟ ਦਿੱਤਾ, 60 ਅਤੇ 100 ਇੱਧਰ ਰਹਿ ਗਿਆ, 60 ਅਤੇ 100 ਇੱਧਰ ਰਹਿ ਗਿਆ, ਬਾਕੀ 80, 40 ਅਤੇ 20 ਜਿਹੜਾ ਵਾ ਉਹ ਉੱਧਰ ਚਲਾ ਗਿਆ। ਹੁਣ 80 ਅਤੇ 20 ਇੱਧਰ ਲੈ ਆਉਂਦੇ ਹਾਂ, ਇਹ ਹੋ ਗਿਆ 100 ਤਾਂ ਹੋ ਗਿਆ ਨਾ, ਤੁਸੀਂ ਜਿੱਥੋਂ ਮੈਂ ਗਲਤ ਹੋਵਾਂ ਮੈਨੂੰ ਦੱਸਿਆ ਜੇ। 80 ਅਤੇ 20 ਇੱਧਰ ਆ ਗਿਆ, 100 ਪਿੱਛੇ ਉੱਧਰ ਰਹਿ ਗਿਆ 40 ਕਿਲੋ ਅਤੇ ਆਪਾਂ ਇੱਧਰੋਂ ਜਿਹੜਾ 60 ਕਿਲੋ ਆ ਇਹਨੂੰ ਕਿਸ਼ਤੀ ਦੇ ਕੇ ਵਾਪਸ ਘੱਲ ਦਿੰਦੇ ਹਾਂ। ਅੱਛਾ, ਇੱਧਰ ਹੁਣ 20 ਵੀ ਹੋ ਗਿਆ, 80 ਵੀ ਹੋ ਗਿਆ, ਪਿੱਛੇ ਉੱਧਰ ਨੇ 40 ਅਤੇ 60, 100 ਪੂਰਾ, 40 ਅਤੇ 60 ਦੋਵੇਂ ਜਾਣੇ ਕਿਸ਼ਤੀ ਲੈ ਕੇ ਅਤੇ ਇੱਧਰ ਆ ਜਾਣਗੇ। ਇੰਨਾ ਕੁ ਜਿਹਾ ਕੁਐਸਚਨ ਸੀ ਅਤੇ ਸਾਰੇ ਜਾਣੇ ਇੱਧਰ ਆ ਜਾਣਗੇ, 40 ਵੀ ਅਤੇ 60 ਵੀ। ਬਾਕੀ ਅਗਰ ਕਿਤੋਂ ਮੇਰਾ ਗਲਤੀ ਹੋਵੇ ਤਾਂ ਤੁਸੀਂ ਵੀਡੀਓ ਦੁਬਾਰਾ ਵੇਖ ਕੇ ਅਤੇ ਮੈਨੂੰ ਦੱਸਿਆ ਜੇ ਲਾਜ਼ਮੀ ਕਿ ਯਾਰ ਤੇਰਾ ਇਹ ਤੂੰ ਗਲਤ ਸਮਝਾਇਆ ਵਾ ਜਾਂ ਜਿਵੇਂ ਵੀ ਆ, ਅਤੇ ਇਨਸ਼ਾਅੱਲਾ ਆਪਾਂ ਉਹਦੀ ਕਰੈਕਸ਼ਨ ਕਰ ਦਿਆਂਗੇ, ਕੋਈ ਮਸਲੇ ਵਾਲੀ ਗੱਲ ਨਹੀਂ। ਜਵਾਬ ਇਹੋ ਹੀ ਆਪਾਂ ਤੁਹਾਨੂੰ ਦੱਸਣਾ ਸੀ, ਆਪਣਾ ਫਰਜ਼ ਬਣਦਾ ਸੀ ਯਾਰ ਕਿ ਤੁਹਾਨੂੰ ਦੱਸੀਏ। ਖੈਰ ਜੀ, ਅੱਜ ਦਾ ਜਿਹੜਾ ਵਲੋਗ ਵਾ ਇੰਨਾ ਕੀ ਆ, ਛੋਟਾ ਜਿਹਾ ਵਲੋਗ ਆ, ਵਲੋਗ ਕਹਿ ਲਓ ਜਾਂ ਇਹਨੂੰ ਵੀਡੀਓ ਕਹਿ ਲਓ ਜਾਂ ਤੁਸੀਂ ਜੋ ਵੀ ਨਾਮ ਦੇ ਸਕਦੇ ਜੋ ਦੇ ਲਓ। ਅਤੇ ਖੈਰ ਆਪਣੇ ਵੀਰਾਂ ਅੱਗੇ ਰਿਕੁਐਸਟ ਆ ਕਿ ਯਾਰ ਮਾਜ਼ਰਤ ਮੇਰੀ, ਮੈਂ ਅਗੇਨ ਕਰ ਰਿਹਾ ਵਾਂ ਕਿ ਮੈਂ ਅੱਜ ਦਾ ਵਲੋਗ ਨਹੀਂ ਅਪਲੋਡ ਕਰ ਸਕਿਆ, ਮੇਰੀ ਦਿਲ ਤੋਂ ਮਾਜ਼ਰਤ। ਮੈਨੂੰ ਵੀ ਇਸ ਚੀਜ਼ ਦਾ ਦੁੱਖ ਵਾ ਕਿ ਯਾਰ ਮੈਂ ਕਿਉਂ ਨਹੀਂ ਆਪਣੀ ਫੈਮਿਲੀ ਦੇ ਸਾਹਮਣੇ ਅੱਜ ਵਲੋਗ ਲੈ ਕੇ ਆ ਸਕਿਆ, ਲੇਕਿਨ ਯਾਰ ਮੈਂ ਇਨਸ਼ਾਅੱਲਾ ਉਮੀਦ ਆ ਵੀ ਇਹ ਮੈਂ ਜਿਹੜਾ ਨਾ ਕੋਟਾ ਪੂਰਾ ਕਰਾਂਗਾ, ਵੀ ਮਤਲਬ ਮੈਂ ਇੱਕ ਵਲੋਗ ਐਕਸਟਰਾ ਪਾ ਦਾਂਗਾ, ਲੇਕਿਨ ਅੱਜ ਮੈਂ ਵੀਡੀਓ ਨਹੀਂ ਸਕਿਪ ਹੋਣ ਦਿੱਤੀ ਹੈ ਵੀ ਵੇਖ ਲਓ ਮੇਰੀ ਹਿੰਮਤ ਆ ਕਿ ਮੈਂ ਬਿਮਾਰ ਹੋਣ ਦੀ ਵਜ੍ਹਾ ਤੋਂ ਵੀ ਵੀਡੀਓ ਨਹੀਂ ਤੁਹਾਡੇ ਅੱਗੇ ਵੀਡੀਓ ਨਹੀਂ ਸਕਿਪ ਹੋਣ ਦਿੱਤੀ। ਖੈਰ ਜੀ, ਅਗਰ ਵਲੋਗ ਅੱਛਾ ਲੱਗੇ, ਵੀਡੀਓ ਅੱਛੀ ਲੱਗੇ ਤਾਂ ਵੀਡੀਓ ਨੂੰ ਲਾਈਕ ਕਰ ਦਿਆ ਜੇ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਵੇਂ ਲੋਕ ਬੈਲ ਆਈਕਨ ਦੱਬ ਲਿਆ ਜੇ, ਜਿਨ੍ਹਾਂ ਨੇ
जिहड़े मेरे वीर अगे सबसक्राइब किया है उन्हां दी बहुत 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 शुक्रिया, दिल तो शुक्रिया उन्हां दा। खैर अज दे व्लॉग चों आपां मंगदे हां इजाजत, वीडियो चों या व्लॉग कह लो, मिलांगे नैक्सट व्लॉग दे विच। अल्लाह हाफिज़।